जेकर राहुल गांधी अज रुमाल बन के जां टोपी लैके तां जान नहीं दिंदे, रुमाल बन के चला जांदा ते हर एक ने कहना सी देखो इहनूं पग दे नाल इन्नी नफरत आ कि अज वी इह इंसान जिहड़ी दस्तार आ उह नहीं सजा सकिया। इंसान नूं किसे पासे तां छड्ड देना चाहीदा आ। अनंत वीर दे जदों दस्तार सजाउण वास्ते गया सी सुखबीर बादल दे बेटे दे ਤੇ ਉਦੋਂ ਵੀ ਕਈਆਂ ਨੇ ਵਿਰੋਧ ਕੀਤਾ ਵਿੱਚ ਕਾਂਗਰਸ ਸੀ ਵੀ ਕਿਉਂ ਉਹਨਾਂ ਦੇ ਪੱਗ ਸਕਾਉਣ ਵਾਸਤੇ ਗਿਆ। ਜੇਕਰ ਅੱਜ ਰਾਹੁਲ ਗਾਂਧੀ ਦੇ ਦਸਤਾਰ ਸਜਾਤੇ ਤੇ ਕਿਉਂ ਅਕਾਲੀ ਦਲ ਵਾਲੇ ਜਾਂ ਹੋਰ ਪਾਰਟੀ ਵਾਲੇ ਆ ਇਸ ਤਰ੍ਹਾਂ ਦੇ ਤੰਜ ਕੱਸ ਰਹੇ ਆ ਕਿ ਹੁਣ ਕਿਉਂ ਇਹਨਾਂ ਨੂੰ 84 ਯਾਦ ਆ ਗਈ। ਭਾਰਤ ਜੋੜੋ ਯਾਤਰਾ ਲੈ ਕੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਪੰਜਾਬ ਪਹੁੰਚੇ ਨੇ ਜਿੱਥੇ ਉਹ ਸਿਰ ਤੇ ਦਸਤਾਰ ਸਜਾ ਕੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਦੇ ਯਤਨ ਵਿੱਚ ਨੇ। ਹਾਲਾਂਕਿ ਲੋਕ ਇਹ ਆਖ ਰਹੇ ਨੇ ਕਿ ਗਾਂਧੀ ਪਰਿਵਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਢਾਇਆ ਸੀ ਤਾਂ ਰਾਹੁਲ ਗਾਂਧੀ ਹੁਣ ਪੱਗ ਬੰਨ੍ਹ ਕੇ ਟਕਵੰਜ ਕਰ ਰਹੇ ਨੇ। ਇਸੇ ਕਰਕੇ ਰਾਹੁਲ ਗਾਂਧੀ ਦੀ ਕਾਫੀ ਆਲੋਚਨਾ ਵੀ ਹੋ ਰਹੀ ਹੈ। ਇਸ ਦਰਮਿਆਨ ਰਾਹੁਲ ਗਾਂਧੀ ਦੇ ਪੱਗ ਬੰਨ੍ਹਣ ਵਾਲਾ ਨੌਜਵਾਨ ਮਨਜੀਤ ਫਿਰੋਜ਼ਪੁਰੀਆ ਮੀਡੀਆ ਸਾਹਮਣੇ ਆਇਆ, ਜਿਸ ਅਨੁਸਾਰ ਪੱਗ ਹਰ ਕੋਈ ਬੰਨ੍ਹ ਸਕਦਾ ਹੈ, ਇਸ 'ਤੇ ਰਾਜਨੀਤਿਕ ਟਿੱਪਣੀਆਂ ਨਹੀਂ ਹੋਣੀਆਂ ਚਾਹੀਦੀਆਂ। ਦੇਖੋ ਜੀ, ਕਾਂਗਰਸ ਦੀ ਲੀਡਰਸ਼ਿਪ ਸੀਗੀ ਜਿਨ੍ਹਾਂ ਨੇ ਮੇਰੇ ਨਾਲ ਗੱਲਬਾਤ ਕਰਕੇ ਵੀ ਇੱਕ ਦਿਨ ਪਹਿਲਾਂ ਹੀ ਦੱਸਿਆ ਸੀਗਾ ਵੀ ਰਾਹੁਲ ਗਾਂਧੀ ਜੀ ਆ ਰਹੇ ਆ ਤੇ ਉਹਨਾਂ ਨੇ ਦਰਬਾਰ ਸਾਹਿਬ ਨਮਸਤਕ ਹੋਣ ਦੇ ਲਈ ਜਾਣਾ ਆ ਤੇ ਇਸ ਲਈ ਉਹ ਚਾਹੁੰਦੇ ਆ, ਉਹਨਾਂ ਦੀ ਦਿਲੀ ਇੱਛਾ ਹੈ ਕਿ ਮੈਂ ਦਸਤਾਰ ਸਜਾ ਕੇ ਹੀ ਦਰਬਾਰ ਸਾਹਿਬ ਨਮਸਤਕ ਹੋਵਾਂ। ਜੇਕਰ ਕੋਈ ਇਨਸਾਨ ਰੁਮਾਲ ਬੰਨ ਕੇ ਚਲਾ ਜਾਂਦਾ, ਜੇਕਰ ਰਾਹੁਲ ਗਾਂਧੀ ਅੱਜ ਰੁਮਾਲ ਬੰਨ ਕੇ ਜਾਂ ਟੋਪੀ ਲੈ ਕੇ ਤਾਂ ਜਾਣ ਨਹੀਂ ਦਿੰਦੇ, ਰੁਮਾਲ ਬੰਨ ਕੇ ਚਲਾ ਜਾਂਦਾ ਤੇ ਹਰ ਇੱਕ ਨੇ ਕਹਿਣਾ ਸੀ ਦੇਖੋ ਇਹਨੂੰ ਪੱਗ ਦੇ ਨਾਲ ਇੰਨੀ ਨਫ਼ਰਤ ਆ ਕਿ ਅੱਜ ਵੀ ਇਹ ਇਨਸਾਨ ਜਿਹੜੀ ਦਸਤਾਰ ਆ ਉਹ ਨਹੀਂ ਸਜਾ ਸਕਿਆ। ਇਨਸਾਨ ਨੂੰ ਕਿਸੇ ਪਾਸੇ ਤਾਂ ਛੱਡ ਦੇਣਾ ਚਾਹੀਦਾ ਆ। ਅਕਾਲੀ ਦਲ ਪਾਰਟੀ ਜਦੋਂ ਮੈਂ ਜਿਹਦੇ ਕਿਸੇ ਅਨੰਤ ਵੀਰ ਦੇ ਜਦੋਂ ਦਸਤਾਰ ਸਜਾਉਣ ਵਾਸਤੇ ਗਿਆ ਸੀ ਸੁਖਬੀਰ ਬਾਦਲ ਦੇ ਬੇਟੇ ਦੇ, ਤੇ ਉਦੋਂ ਵੀ ਕਈਆਂ ਨੇ ਵਿਰੋਧ ਕੀਤਾ ਵਿੱਚ ਕਾਂਗਰਸ ਸੀ ਵੀ ਕਿਉਂ ਉਹਨਾਂ ਦੇ ਪੱਗ ਸਕਾਉਣ ਵਾਸਤੇ ਗਿਆ। ਜੇਕਰ ਅੱਜ ਰਾਹੁਲ ਗਾਂਧੀ ਦੇ ਦਸਤਾਰ ਸਜਾਤੇ ਤੇ ਕਿਉਂ ਅਕਾਲੀ ਦਲ ਵਾਲੇ ਜਾਂ ਹੋਰ ਪਾਰਟੀ ਵਾਲੇ ਆ ਇਸ ਤਰ੍ਹਾਂ ਦੇ ਤੰਜ ਕੱਸ ਰਹੇ ਆ ਕਿ ਹੁਣ ਕਿਉਂ ਇਹਨਾਂ ਨੂੰ 84 ਯਾਦ ਆ ਗਈ। ਜਦੋਂ ਇਲੈਕਸ਼ਨ ਆ ਜਾਂਦੇ ਆ ਉਦੋਂ ਇਹਨਾਂ ਨੂੰ 84 ਯਾਦ ਆ ਜਾਂਦੀ ਆ। ਜੇਕਰ ਰੀਸੈਂਟਲੀ ਥੋੜਾ ਸਮਾਂ ਹੋਇਆ ਸ੍ਰੀ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਸ ਦਾ ਇਨਸਾਫ ਕਿਸੇ ਨੇ ਅੱਜ ਤੱਕ ਦਿੱਤਾ ਆ। ਜੇਕਰ ਇੱਕ ਦਸਤਾਰ ਦੀ ਗੱਲ ਕਰਦੇ, ਇੱਕ ਇਨਸਾਨ ਦੀ ਹੱਤਿਆ ਕਰ ਦੇਣਾ ਇੱਕ ਡਿਫਰੈਂਟ ਚੀਜ਼ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪੰਨੇ ਸੀਗੇ ਉਹਨਾਂ ਦੇ ਜਿਹੜੇ ਅੰਗ ਸੀਗੇ ਉਹਨਾਂ ਨੂੰ ਗਲੀਆਂ ਦੇ ਵਿੱਚ ਖਿਲਾਰਿਆ ਗਿਆ, ਰੂੜੀਆਂ ਤੇ ਸੱਟਿਆ ਗਿਆ, ਉਸ ਚੀਜ਼ ਦਾ ਇਨਸਾਫ ਕੌਣ ਦਊਗਾ? ਇਸ ਚੀਜ਼ ਦਾ ਵੀ ਅਕਾਲੀ ਦਲ ਨੂੰ ਪੁੱਛਣਾ ਚਾਹੁੰਦਾ ਵੀ ਉਹ ਵੀ ਆਪਣਾ ਜਵਾਬ ਜ਼ਰੂਰ ਦੇਣ ਤੇ ਕਿਰਪਾ ਕਰਕੇ ਉਸ ਚੀਜ਼ ਦਾ ਵੀ ਨਜ਼ਰ ਹੋਣਾ ਚਾਹੀਦਾ। ਜੇਕਰ ਤੁਸੀਂ ਇਸ ਚੀਜ਼ ਦੀ ਭੰਡੀ ਕਰਦੇ ਹੋ ਜੇ ਦਸਤਾਰ ਸਜਾਉਣ ਦੇ ਲਈ, ਜੇਕਰ ਕਿੰਤੂ ਪਰੰਤੂ ਤੋਂ ਪੁਕਾਰਦੇ ਹੁਣ ਤੱਕ ਜਿਹੜਾ ਤੁਸੀਂ ਰਾਜ ਕੀਤਾ ਆ, ਸਿੱਖ ਕੌਮ ਤੇ ਰਾਜ ਕੀਤਾ ਆ ਜਾਂ ਪੰਜਾਬੀਅਤ ਤੇ ਰਾਜ ਕੀਤਾ, ਉਹ ਵੀ ਇਸ ਦਸਤਾਰ ਨੂੰ ਲੈ ਕੇ ਹੀ ਆਪਾਂ ਰਾਜ ਕੀਤਾ ਆ। ਤੇ ਇਸੇ ਲਈ ਆਪਾਂ ਨੂੰ ਦਸਤਾਰ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਤੇ ਕਿਰਪਾ ਕਰਕੇ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਆ। ਜਦੋਂ ਇਲੈਕਸ਼ਨ ਆ ਜਾਂਦੇ ਆ ਉਦੋਂ ਉਹਨਾਂ ਨੂੰ 84 ਯਾਦ ਆ ਜਾਂਦੀ ਆ। ਜੇਕਰ ਰੀਸੈਂਟਲੀ ਥੋੜਾ ਸਮਾਂ ਹੋਇਆ ਸ੍ਰੀ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਸ ਦਾ ਇਨਸਾਫ ਕਿਸੇ ਨੇ ਅੱਜ ਤੱਕ ਦਿੱਤਾ ਆ? ਜੇਕਰ ਇੱਕ ਦਸਤਾਰ ਦੀ ਗੱਲ ਕਰਦੇ, ਇੱਕ ਇਨਸਾਨ ਦੀ ਹੱਤਿਆ ਕਰ ਦੇਣਾ ਇੱਕ ਡਿਫਰੈਂਟ ਚੀਜ਼ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪੰਨੇ ਸੀਗੇ ਉਹਨਾਂ ਦੇ ਜਿਹੜੇ ਅੰਗ ਸੀਗੇ ਉਹਨਾਂ ਨੂੰ ਗਲੀਆਂ ਦੇ ਵਿੱਚ ਖਿਲਾਰਿਆ ਗਿਆ, ਰੂੜੀਆਂ ਤੇ ਸੱਟਿਆ ਗਿਆ, ਉਸ ਚੀਜ਼ ਦਾ ਇਨਸਾਫ ਕੌਣ ਦਊਗਾ? ਇਸ ਚੀਜ਼ ਦਾ ਵੀ ਅਕਾਲੀ ਦਲ ਨੂੰ ਪੁੱਛਣਾ ਚਾਹੁੰਦਾ ਵੀ ਉਹ ਵੀ ਆਪਣਾ ਜਵਾਬ ਜ਼ਰੂਰ ਦੇਣ ਤੇ ਕਿਰਪਾ ਕਰਕੇ ਉਸ ਚੀਜ਼ ਦਾ ਵੀ ਨਜ਼ਰ ਹੋਣਾ ਚਾਹੀਦਾ। ਜੇਕਰ ਤੁਸੀਂ ਇਸ ਚੀਜ਼ ਦੀ ਭੰਡੀ ਕਰਦੇ ਹੋ ਜੇ ਦਸਤਾਰ ਸਜਾਉਣ ਦੇ ਲਈ, ਜੇਕਰ ਕਿੰਤੂ ਪਰੰਤੂ ਪੁਕਾਰਦੇ ਹੋ ਹੁਣ ਤੱਕ ਜਿਹੜਾ ਤੁਸੀਂ ਰਾਜ ਕੀਤਾ ਆ, ਸਿੱਖ ਕੌਮ ਤੇ ਰਾਜ ਕੀਤਾ ਆ ਜਾਂ ਪੰਜਾਬੀ ਤੇ ਰਾਜ ਕੀਤਾ, ਉਹ ਵੀ ਇਸ ਦਸਤਾਰ ਨੂੰ ਲੈ ਕੇ ਹੀ ਆਪਾਂ ਰਾਜ ਕੀਤਾ ਆ। ਤੇ ਇਸੇ ਲਈ ਆਪਾਂ ਨੂੰ ਦਸਤਾਰ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਤੇ ਕਿਰਪਾ ਕਰਕੇ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਆ।